ਮੈਂ ਬਾਈ ਡੋਲਫਿਨ ਕੰਮ ਕਰਦਾ ਵਾਂ ਤੇ ਮੇਰਾ ਇਸ ਟਾਈਮ ਤੇ ਛੁੱਟੀ ਹੁੰਦੀ ਹੈ, ਮੈਂ ਆਪਣਾ ਆਫ ਕਰਕੇ ਘਰ ਆ ਰਿਹਾ ਸੀਗਾ ਗੱਡੀ ਬਹੁਤ ਤੇਜ਼ ਸੀਗੀ, ਉਹ ਆ ਕੇ ਵੱਜੇ ਵਿੱਚ, ਉਦੋਂ ਨੁਕਸਾਨ ਹੋ ਗਿਆ ਮੋਟਰਸਾਈਕਲ ਦਾ ਵੀ ਤੇ ਨਾਲ ਆਪਣਾ ਵੀ। ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀ ਪੀਤੀ ਵੀ ਹੋਈ ਸੀਗੀ, ਡਰਿੰਕ ਉਹਨਾਂ ਨੇ ਇੰਨੀ ਕੀਤੀ ਅੱਗੋਂ ਸਾਨੂੰ ਪੈ ਰਹੇ ਸੀਗੇ। ਕਿੰਨੇ ਵੀ ਜਾਣੇ ਸੀ? 3 ਜਾਣੇ ਸੀ ਭਾਜੀ, 2 ਮੁੰਡੇ 1 ਕੁੜੀ। ਸਰ ਤਿੰਨਾਂ ਨੇ ਡਰਿੰਕ ਕੀਤੀ ਸੀ? ਡਰਿੰਕ ਕੀਤੀ ਸੀ, ਉੱਤਰ ਕੇ ਸਗੋਂ ਕੁੜੀ ਸਾਨੂੰ ਬੋਲਦੀ ਸੀਗੀ। ਕੀ ਕਹਿ ਰਹੇ ਸੀ ਤੁਸੀਂ? ਉਲਟੀਆਂ ਕਰਕੇ ਉਲਟੀਆਂ ਕੀਤੀਆਂ, ਜਿਹੜੀ ਬਾਉਂਟਿੰਗ ਵਗੈਰਾ ਕੀਤੀ, ਬਾਉਂਟਿੰਗ ਕਿਹਨਾਂ ਨੇ ਕੀਤੀ ਭਾਜੀ? ਆ ਬਾਉਂਟਿੰਗ ਦੇਖ ਲਓ ਤੁਸੀਂ, ਗੱਡੀ ਨੰਬਰ ਦੇਖ ਲਓ, ਗੱਡੀ ਨੰਬਰ ਕੀ ਸੀਗਾ? PV08 ਭਾਜੀ 001 ਨਹੀਂ, ਪੂਰਾ ਨੰਬਰ AM0011 ਭਾਜੀ ਕੀ ਆ ਗੱਡੀ? ਪੂਰਾ ਨੰਬਰ ਦੁਬਾਰਾ ਬੋਲੂਗੀ ਤੁਸੀਂ? PV08 AM0011। ਅੱਛਾ ਜੀ, ਜੀ ਹੋ ਗਿਆ। ਹਾਂਜੀ, ਤੇ ਗੱਡੀ ਤੁਹਾਨੂੰ ਉਹਨੇ ਤੁਹਾਨੂੰ ਗੱਲਬਾਤ ਲਾਈਵ ਵੱਲ ਪੁੱਛਣ ਦੀ ਬਜਾਏ ਤੁਹਾਡੇ ਨਾਲ ਗੱਡੀ ਜਿਹੜੀ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ? ਬਿਲਕੁਲ ਬਿਲਕੁਲ ਭਾਜੀ, ਉੱਪਰ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ ਗੱਡੀ। ਅੱਛਾ, ਉਹ ਤਾਂ ਉੱਪਰ ਚੜ੍ਹਦੇ ਸੀ? ਹਾਂਜੀ ਭਾਜੀ। ਮੌਕੇ ਤੇ ਤੁਸੀਂ ਇਕੱਲੇ ਸੀਗੇ? ਮੌਕੇ ਤੇ ਭਾਜੀ ਨਾਲ ਮੇਰੇ 2 ਫਰੈਂਡ ਸੀਗੇ, ਨਾਲ ਉਹ ਛੁੱਟੀ ਗਏ ਸੀ, ਇਕੱਠੀ ਛੁੱਟੀ ਕਰੀ ਦੀ ਹੈ। ਅੱਛਾ ਜੀ। ਹਾਂਜੀ, ਮੌਕੇ ਦੇ ਨਾਲ ਸੀ ਆਪਣੇ? ਹਾਂਜੀ ਹਾਂਜੀ, ਮੌਕੇ ਤੇ ਨਾਲ ਸੀਗੇ। ਅੱਛਾ ਜੀ, ਬਿਲਕੁਲ ਭਾਜੀ। ਸਰ ਕੋਈ ਸੱਟ ਵਗੈਰਾ ਤਾਂ ਲੱਗੀ ਤੁਹਾਡੇ? ਸੱਟ ਭਾਜੀ ਲੱਤ ਤੇ ਥੋੜੀ ਬਹੁਤ ਲੱਗੀ ਹੈ ਬਸ। ਸਰ ਕੀ ਨਾਮ ਆਪਣਾ? ਮੇਰਾ ਭੁਪਿੰਦਰ ਸਿੰਘ, ਮੈਨੂੰ ਫੋਨ ਕਰਕੇ ਬੁਲਾਇਆ ਇਹਨੇ। ਅੱਛਾ ਜੀ। ਮੈਂ ਘਰ ਹੀ ਸੀਗਾ। ਅੱਛਾ ਜੀ। ਤੇ ਦੱਸਿਆ ਮੈਨੂੰ, ਮੈਨੂੰ ਕਹਿੰਦਾ ਪਾਪਾ ਕਪੂਰਥਲਾ ਚੌਂਕ ਆ ਜਾਓ ਮੈਨੂੰ, ਪਰ ਦੱਸਿਆ ਨਹੀਂ ਗੱਲ ਕੀ, ਮੈਂ ਉਸੇ ਵੇਲੇ ਆ ਗਿਆ ਉੱਠ ਕੇ। ਅੱਛਾ ਜੀ, ਨਾਮ ਵਗੈਰਾ ਦੱਸਿਆ? ਓਵਰ ਕੀਤੀ ਹੋਈ ਸੀ? ਦੱਸਿਆ ਜਦੋਂ ਇੱਥੇ ਆ ਕੇ ਪਤਾ ਲੱਗਾ ਸੀ। ਹਾਂਜੀ, ਲੋਟੀਆਂ ਮਾਰ ਕੇ ਫਾਦਰ ਸਾਹਿਬ। ਹਾਂਜੀ ਅੰਕਲ ਜੀ, ਕੀ ਨਾਮ ਤੁਹਾਡਾ? ਮੇਰਾ ਭੁਪਿੰਦਰ ਸਿੰਘ ਨਾਮ ਜੀ। ਅੰਕਲ ਤੁਹਾਡੇ ਨਾਲ ਕੀ ਕੋਲ ਆਈ ਤੁਹਾਨੂੰ ਬੇਟੇ ਦੀ? ਤੁਹਾਡੇ ਬੇਟੇ ਦੀ ਕੋਲ ਆਈ ਜੀ, ਕਹਿੰਦਾ ਪਾਪਾ ਮੈਨੂੰ ਨਾ ਕਪੂਰਥਲਾ ਚੌਂਕ ਆ ਜਾਓ ਜਲਦੀ। ਅੱਛਾ ਜੀ। ਮੈਂ ਕੁਛ ਨਹੀਂ ਪੁੱਛਿਆ ਇਹਨੂੰ ਕੀ ਗੱਲ ਹੋਈ, ਮੈਂ ਗੱਡੀ ਚੱਕ ਕੇ ਇੱਥੇ ਆ ਗਿਆ, ਇੱਥੇ ਆ ਗਿਆ, ਪਤਾ ਲੱਗਾ ਵੀ ਆਹ ਗੱਲ ਗੱਡੀ ਹਿੱਟ ਕਰਕੇ ਇਹਨੂੰ ਚਲੇਗੀ। ਅਸੈਂਟ ਹੋਣ ਤੋਂ ਬਾਅਦ ਮੁੰਡੇ ਨੇ ਕਹਿੰਦੀ ਪੱਗ ਵੀ ਉਤਰੀ 4 ਮੁੰਡੇ ਦੀ, ਇਹ ਕੰਮ ਤੋਂ ਆ ਰਿਹਾ ਸੀ, ਗੱਡੀ ਚ ਰੱਖੀ ਪਾ, ਨਾ ਇਹਨੇ ਕੋਈ ਡਰਿੰਕ ਕੀਤੀ ਨਾ ਕੁਛ ਕੀਤਾ ਹੋਇਆ, ਆਪਣਾ ਕੰਮ ਤੋਂ ਆ ਰਿਹਾ ਸੀ। ਠੀਕ ਹੈ, ਉਹ ਗੱਡੀ ਆਈ ਹੈ, ਉਹ ਗੱਡੀ ਤੋਂ ਉਹਨਾਂ ਨੇ ਉਲਟੀਆਂ ਵੀ ਮਾਰੀਆਂ, ਆ ਸਾਹਮਣੇ ਉਲਟੀਆਂ ਮਾਰੀਆਂ ਗੱਡੀ ਵਾਲੇ ਨੇ। ਇੱਕ ਲੜਕੀ ਸੀ, 2 ਲੜਕੇ ਸੀ, ਇਹਨਾਂ ਨੇ ਕੈਮਰੇ 'ਚ ਵੀ ਆ ਜਾਣਾ, ਇਹਨਾਂ ਦਾ ਖੜੇ ਵੀ ਨਹੀਂ ਸੀ ਹੋ ਰਹੇ। ਨੰਬਰ ਨੰਬਰ ਹੈਗਾ ਵਿੱਚ? ਹਾਂਜੀ, ਇਹਨਾਂ ਕੋਲ ਨੰਬਰ ਹੈਗਾ। ਕੋਈ ਗੱਲ ਨਹੀਂ, ਅਸੀਂ ਕਰ ਲੈਂਦੇ ਹਾਂ ਵੈਰੀਫਾਈ, ਇਹਨਾਂ ਕੋਈ ਐਪਲੀਕੇਸ਼ਨ ਲੈ ਕੇ ਜੋ ਵੀ, ਤੁਹਾਨੂੰ ਹੁਣ ਕੀ ਮਾਮਲਾ ਦੱਸਾਂ, ਬਰੀਫ ਕਰ ਦੋ ਮਾੜਾ ਜਿਹਾ। ਸਾਨੂੰ ਵੀ ਤੁਹਾਡੇ ਹੁੰਦੇ ਆ, ਮੈਂ ਜਸਟ ਅਜੇ ਆਇਆ ਹਾਂ, ਜੋ ਪੁੱਛਿਆ ਕਿ ਇਹ ਲੜਕਾ ਡੋਲਫਿਨ 'ਚ ਕੰਮ ਕਰਦਾ ਸੀ, ਔਰ ਇੱਧਰ ਇਹਨਾਂ ਦਾ ਘਰ ਸੀਗਾ ਬਾਬਾ ਗਿੱਲ ਸਾਈਡ, ਉਰੇ ਜਾਂਦਾ ਪਿਆ ਸੀ, ਔਰ ਚਿਕ ਚਿਕ ਚੌਂਕ ਵੱਲੋਂ ਜਿਹੜੀ ਇੱਕ ਗੱਡੀ ਕੀ ਆ ਰਹੀ ਸੀਗੀ, ਉਹਨੇ ਇਹਨੂੰ ਹਿੱਟ ਕੀਤਾ, ਔਰ ਇਹਨਾਂ ਦੇ ਇੱਥੇ ਇਹ ਲੜਕਾ ਥੱਲੇ ਗਿਰ ਗਿਆ। ਉਸ ਤੋਂ ਬਾਅਦ ਇਹਨਾਂ ਦਾ ਆਪਸ ਵਿੱਚ ਝਗੜਾ ਵੀ ਹੋਇਆ, ਕਹਿੰਦੇ ਕਿ ਉਹਨਾਂ ਨੇ ਇਹਨੂੰ ਕੋਈ ਵੱਧ ਘੱਟ ਵੀ ਬੋਲਿਆ, ਔਰ ਬਾਕੀ ਸਾਰਾ ਅਸੀਂ ਮੋਰਨਿੰਗ ਜਿਹੜੇ ਆ ਇੱਥੋਂ ਦੇ ਕੈਮਰੇ ਖੁਲਵਾ ਕੇ ਸਾਰੀ ਫੁਟੇਜ ਵੀ ਚੈੱਕ ਕਰ ਲਵਾਂਗੇ, ਔਰ ਜੋ ਵੀ ਸਾਨੂੰ ਹੁਣ ਐਪਲੀਕੇਸ਼ਨ ਦੇਣਗੇ ਉਹਦੇ ਅਕੋਰਡਿੰਗ ਅਸੀਂ ਗੱਡੀ ਦਾ ਨੰਬਰ ਟਰੇਸ ਕਰਕੇ, ਔਰ ਉਹ ਬੰਦੇ ਕਹਿ ਰਹੇ ਨੇ ਇਹਨਾਂ ਨੂੰ ਕਿਹਾ ਗਿਆ ਸੀ ਸਾਡੀ ਜੇ ਟੈਂਕੀ 'ਚੋਂ ਟੁੱਟੀ ਆ ਜਾਂ ਹੈਗਾ ਮੈਨੂੰ ਹਰਜਾਨਾ ਭਰ ਦਿਓ, ਅਤੇ ਆਪਣਾ ਜੋ ਵੀ ਮੇਰਾ ਨੁਕਸਾਨ ਆ ਮੇਰਾ ਭਰ ਦਿਓ, ਅਤੇ ਮੈਨੂੰ ਹੋਸਪਿਟਲਾਈਜ਼ ਮੇਰੇ ਗੋਡੇ ਸੱਟ ਲੱਗੀ ਆ ਅਤੇ ਮੇਰਾ ਇਲਾਜ ਕਰਾ ਦਿਓ, ਅਤੇ ਉਲਟਾ ਉਹਨਾਂ ਨੇ ਇਲਾਜ ਕਰਾਉਣ ਦੀ ਬਜਾਏ ਗੱਡੀ ਵਜਾ ਲਈ, ਇਹ ਕਹਿ ਰਹੇ ਆ। ਨਹੀਂ ਵੇਖੋ, ਜੇ ਇੱਦਾਂ ਦੀ ਗੱਲ ਆ ਤਾਂ ਉਹ ਅਸੀਂ ਸਾਰਾ ਵੈਰੀਫਾਈ ਕਰਾਂਗੇ, ਔਰ ਜੋ ਵੀ ਉਹਨਾਂ ਦੇ ਅਕੋਰਡਿੰਗ ਕਾਰਵਾਈ ਬਣਦੀ ਹੋਏਗੀ ਜ਼ਰੂਰ ਕਰਾਂਗੇ।